ਹਰਿਆਣਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨੂੰ ਸਿਲੇਬਸ ਚੋਂ ਹਟਾਉਣ ਦੇ ਬਾਅਦ ਰਾਜਨੀਤੀ ਗਰਮਾ ਗਈ ਹੈ। ਉੱਥੇ ਇਸ ਦਾ ਅਸਰ ਹੁਣ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਸਿੱਖ ਕੌਮ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਤੇ ਕੜਾ ਇਤਰਾਜ਼ ਜਤਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਸਰਦਾਰ ਹਰਚਰਨ ਸਿੰਘ ਵੱਲੋਂ ਵੀ ਇਸ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਦੱਸ ਦਈਏ ਕਿ ਹਰਿਆਣਾ ਵਿੱਚ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਨੂੰ ਸਿਲੇਬਸ ਚੋਂ ਹਟਾ ਲਿਆ ਗਿਆ, ਜਿਸ ਨੂੰ ਲੈ ਕੇ ਕਾਫੀ ਰੋਸ ਪੈ ਜਾ ਰਿਹਾ। ਉਧਰ ਇਨੈਲੋ ਨੇ ਸਰਕਾਰ ਦੀ ਇਸ ਮਾਮਲੇ ਵਿੱਚ ਨਿੰਦਾ ਕਰਦਿਆਂ ਜੀਵਨੀ ਨੂੰ ਸਿਲੇਬਸ ਵਿੱਚ ਦੁਬਾਰਾ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਇਟਲੀ ਵਿੱਚ ਕਿਰਪਾਨ ਤੇ ਪਾਬੰਦੀ ਦੇ ਮਾਮਲੇ ਵਿੱਚ ਵੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਚਿੱਠੀ ਲਿਖਣ ਦੀ ਉਹਨਾਂ ਗੱਲ ਕਹੀ ਹੈ। ਹੋਣੇ ਚਾਹੀਦੇ, ਮੈਨੂੰ ਪੂਰੀ ਉਮੀਦ ਹੈ ਕਿ ਕੋਈ ਉਹਨਾਂ ਦੀ ਕੋਈ ਰਜ਼ਾਮੰਦੀ ਨਹੀਂ ਹੋਣੀ, ਕਿਸੇ ਬੰਦੇ ਦੇ ਕਮਲ ਪੁਣੇ ਕਰਕੇ ਹੋਣੀ ਹੈ, ਬੇਸਮਝੀ ਕਰਕੇ ਹੋਣੀ ਹੈ ਅਤੇ ਹਰਿਆਣਾ ਸਰਕਾਰ ਇਸੇ ਪੁਨਰ ਵਿਚਾਰ ਕਰੇ। ਅਸੀਂ ਹਰਿਆਣਾ ਸਰਕਾਰ ਨੂੰ ਇਸ ਸੰਬੰਧੀ ਚਿੱਠੀ ਵੀ ਪਾਵਾਂਗੇ ਯੋਗ ਪੁਖਤਾ ਸਬੂਤ ਆਉਣ 'ਤੇ। ਸ਼ਾਇਦ ਹੁਣ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਕਕਾਰ ਕਿਰਪਾਨ ਇਹ ਸਾਡੇ ਸਿੱਖੀ ਦਾ ਇੱਕ ਹਿੱਸਾ ਹੈ। ਇੱਕ ਅੰਮ੍ਰਿਤਧਾਰੀ ਸਿੱਖ ਵਾਸਤੇ ਇਹ ਬੜਾ ਜ਼ਰੂਰੀ ਹੁੰਦਾ ਕਿ ਇਹ ਆਪਣੇ ਕਕਾਰਾਂ ਨੂੰ ਨਾਲ ਰਵੇ ਅਤੇ ਅਸੀਂ ਇਸ ਮਸਲੇ ਉੱਤੇ ਸਰਕਾਰ ਨੂੰ ਆਪਣੇ ਹਿੰਦੁਸਤਾਨ ਦੀ ਸਰਕਾਰ ਨੂੰ ਚਿੱਠੀ ਪਾਵਾਂਗੇ। ਲੋੜ ਪੈ ਗਈ ਤਾਂ ਅਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜੀ ਦੇ ਬਾਰੇ ਦੇਵਾਂਗੇ, ਉਸ ਸਰਕਾਰ ਨੂੰ ਚਿੱਠੀ ਲਿਖਾਂਗੇ ਅਤੇ ਜੇ ਅਸੀਂ ਮਹਿਸੂਸ ਕਰਾਂਗੇ ਕਿ ਸਾਡੇ ਜਾਣਾ ਪਵੇ ਤਾਂ ਅਸੀਂ ਆਪਣਾ ਸਾਡਾ ਵਫਦ ਵੀ ਉੱਥੇ ਜਾਏਗਾ।